अस्सलाम दोस्तों की हालचाल उम्मीद करते हैं आप सभी ठीक होगे यार आजकल ट्रेंड चल रहा है एक ट्रेंड की मतलब एक वीडियो चल रही है सामने आओ <laughs> <laughs> बोला काली लड़की <laughs> अभी भाई आप सामने आ रही आप अपना कैमरा थोड़ा साफ वो डर रहा है <laughs> जी वो डर रहा है थोड़ा ਕੈਮਰਾ ਸਾਫ ਕਰਿਆ ਤੋਂ ਬਿਲਾ ਯਾਰ ਉਹ ਅਲੀ ਖਾਨ ਹੈਦਰਾਬਾਦੀ ਟਿਕਟੋਕ ਸਟਾਰ ਨੇ ਤੇ ਪਹਿਲੇ ਦੇ ਅੱਛੇ ਬੰਦੇ ਹੀ ਸੀ ਤੇ ਮੈਂ ਵੀ ਅੱਲਾ ਜਾਣਦਾ ਹੈ ਹੁਣ ਦਿਲਾਂ ਦੇ ਰਾਜ ਤੇ ਸੋਣਾ ਰੱਬ ਹੀ ਜਾਣਦਾ ਲੇਕਿਨ ਉਹ ਵੀਡੀਓ ਕਾਲ ਦੇ ਦੌਰਾਨ ਇੱਕ ਵੀਡੀਓ ਕਾਲ ਹੋ ਰਹੀ ਸੀ ਮੇਰੇ ਖਿਆਲ ਨਾਲ ਸ਼ਾਇਦ ਸ਼ਾਇਦ ਕੋਈ ਸੋਸ਼ਲ ਐਪ ਵਗੈਰਾ ਹੀ ਸੀ ਜਾਂ ਹੋ ਸਕਦਾ ਕੋਈ ਬੀਗੋ ਵਗੈਰਾ ਹੋਵੇ ਤੇ ਉਹ ਉਹਨਾਂ ਦਾ ਭਾਈ ਬੈਠਾ ਹੋਇਆ ਸੀ ਅਲੀ ਖਾਨ ਹੈਦਰਾਬਾਦੀ ਦਾ ਤੇ ਉਹ ਕੇ ਸਾਹਮਣੇ ਇੱਕ ਮਤਲਬ ਸਿਆਹ ਲੜਕੀ ਸੀ ਮਤਲਬ ਕਾਲਾ ਰੰਗ ਸੀ ਹੁੰਦਾ ਤੇ ਉਹ ਅੱਗੇ ਆ ਗਈ ਤੇ ਉਹ ਅਲੀ ਖਾਨ ਹਦਰਾਬਾਦੀ ਕਹਿੰਦਾ ਯਾਰ ਤੂੰ ਕੁੜੀ ਨੂੰ ਕਹਿੰਦਾ ਕਿ ਪਿੱਛੇ ਹੋ ਜਾ ਮੇਰਾ ਭਾਈ ਡਰ ਰਿਹਾ ਤੇ ਉਹ ਇਸ ਕਰਕੇ ਯਾਰ ਸੋਸ਼ਲ ਮੀਡੀਆ ਤੇ ਕਾਫੀ ਮਸਲਾ ਚੱਲਣ ਦੇ ਆਗੇ ਅਲੀ ਖਾਨ ਹਦਰਾਬਾਦੀ ਨੇ ਇਹ ਗੱਲ ਕੀਤੀ ਹੈ ਯਾ ਉਹਨੂੰ ਕੁੜੀ ਕਿਹਾ ਆਪਣੀ ਏਕਾਤ ਤੋਂ ਬਾਹਰ ਨਿਕਲ ਗਿਆ ਵੈਸੇ ਵੇਖਿਆ ਜਾਏ ਤੇ ਯਾਰ ਮਸਲਾ ਤੇ ਹੈ ਵੇ ਕਿ ਅੱਲਾਹ ਤਾਲਾ ਨੇ ਉਹਨੂੰ ਇੰਨੀ ਇੱਜ਼ਤ ਦਿੱਤੀ ਹੈ ਐਸੀ ਲੋਕੀਆਂ ਯਾਰ ਜਿਹੜੇ ਉਹਨੂੰ ਨੂੰ ਫਾਲੋ ਦੇਣੇ ਆ ਮਤਲਬ ਫਾਲੋ ਕਰ ਲੈਣੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਉਹਨਾਂ ਦੀ ਰੈਂਕ ਹੋ ਜਾਂਦੀ ਵੀਡੀਓ ਆਈਡੀ ਤੇ ਚੜ ਜਾਂਦੇ ਨੇ ਉਹ ਉਹ ਸਟਾਰ ਬਣ ਜਾਂਦੇ ਨੇ ਅਸੀਂ ਬਕਰ ਬਣ ਜਾਂਦੇ ਬਕਰ ਬਣ ਜਾਂਦੇ ਤੇ ਗੱਲ ਇਹ ਵੀ ਕਿ ਵੇਖਿਆ ਜਾਏ ਤੇ ਗਲਤ ਗੱਲ ਕੀਤੀ ਉਹਨੇ ਉਹ ਕੁੜੀ ਦਾ ਮਸਲਾ ਅੱਲਾ ਰੱਬ ਸੋਣਾ ਸ਼ਕਲਾ ਬਣਾਉਂਦਾ ਤੇ ਹਰ ਅਜ਼ਾ ਜਿਹੜਾ ਹੈ ਉਹ ਰੱਬ ਸੋਣਾ ਹੀ ਦਿੰਦਾ ਹੈ ਬੰਦੇ ਨੂੰ ਤੇ ਜਿੱਦਾਂ ਦੇ ਉਹ ਦੇ ਦੇਵੇ ਫਿਰ ਉਹਦੇ ਤੇ ਬੰਦੇ ਨੂੰ ਇਖਤਫਾ ਕਰਨਾ ਚਾਹੀਦਾ ਤੇ ਉਹਨੇ ਗਲਤ ਗੱਲ ਕੀਤੀ ਯਾਰ ਅਸੀਂ ਵੀ ਹੁੰਦੀ ਮਜ਼ਮਤ ਕਰਦੇ ਆ ਇਸ ਗੱਲ ਦੀ ਕਿ ਉਹਨੂੰ ਇੰਜ ਨਹੀਂ ਸੀ ਕਹਿਣਾ ਚਾਹੀਦਾ ਤੇ ਆ ਜਿਹੜੇ ਵਿੱਚ ਛੋਰੇ ਬਣੇ ਹੋਏ ਨੇ ਨਾ ਬਹੁਤੇ YouTube ਤੇ ਤੇ TikTok ਤੇ ਵੱਡੇ ਬਦਮਾਸ਼ ਸਾਲੇ ਉਹ ਰੈਂਕ ਲੈਣ ਵਾਸਤੇ ਉਹਦੇ ਖਿਲਾਫ ਵੀਡੀਓ ਬਣਾ ਲੋ ਉਹ ਸਾਲੇ ਤੁਸੀਂ ਆਪਣੀ ਔਕਾਤ ਤੇ ਵੇਖ ਲਓ ਪਹਿਲੇ ਤੁਸੀਂ ਜਿਹੜੀਆਂ ਮਨਮਣ ਦੀਆਂ ਗਾਲਾਂ ਕੱਢਦੇ ਜੋ ਤੁਹਾਨੂੰ ਨਜ਼ਰ ਨਹੀਂ ਆਉਂਦਾ ਠੀਕ ਹੈ ਤੇ ਕਿਸੇ ਦੇ ਉੱਤੇ ਕੱਦ ਗੱਲ ਲਾਉਣਾ ਜਾਂ ਕਿਸੇ ਨੂੰ ਕਹਿਣਾ ਵੀ ਤੂੰ ਬੁਰਾ ਐ ਤੇ ਮੈਂ ਸਹੀ ਆ ਇਹ ਵੀ ਬੜੀ ਗਲਤ ਗੱਲ ਹੈ ਯਾਰ ਤੇ ਤੁਸੀਂ ਭਰੇਸ਼ ਕਰਿਆ ਕਰੋ ਇਹਦੇ ਤੋਂ ਤੇ ਯਾਰ ਜਿਹੜੀ ਆਪਾਂ ਸੋਸ਼ਲ ਵਾਰ ਸ਼ੁਰੂ ਕੀਤੀ ਹੋਈ ਨਾ ਆਪਣੇ ਦਰਮਿਆਨ ਇਹ ਬਹੁਤ ਬੁਰੀ ਚੀਜ਼ ਆ ਅਸੀਂ ਇੱਕ ਦੂਸਰੇ ਦੇ ਉੱਤੇ ਗਾਲ੍ਹਾਂ ਕੱਢ ਕੱਢ ਕੇ ਯਾਰ ਕੀ ਕੈਸਾ ਕੰਟੈਂਟ ਅਪਲੋਡ ਕਰ ਰਹੇ ਹਾਂ ਸਾਡਾ ਬਾਹਰ ਕੀ ਹੈ ਮੈਂ ਜਾਂਦਾ ਹੋਏਗਾ ਹਾਂਜੀ ਦੱਸੋ ਨਾ ਬਿਲਕੁਲ ਅੱਛੀ ਗੱਲ ਕਹਿ ਰਹੇ ਨੇ ਭਾਈ ਇਹਦੀ ਗੱਲ ਤੇ ਫੋਲੋ ਕਰੋ ਭਾਈ ਤੇ ਲਿਆ ਜਾ ਚੱਲੋ ਸਕੂਨ ਨਾਲ ਚੱਲੋ ਪਿਆਰ ਮੁਹੱਬਤ ਨਾਲ ਚੱਲੋ ਹਰ ਕਿਸੇ ਨੂੰ ਪਿਆਰ ਵੰਡੋ ਹਰ ਕਿਸੇ ਨਾਲ ਪਿਆਰ ਵੰਡੋ ਤੇ ਭਾਈ ਅਗਲਾ ਬੰਦਾ ਵੀ ਇੱਜ਼ਤ ਕਰੇ ਤੇ ਤੇ ਖੁਦ ਵੀ ਕਰਵਾਓ ਤੇ ਮਿਹਰਬਾਨੀ ਹੋਏਗੀ ਤੁਹਾਡੀ ਯਾਰ ਤੇ ਜਿਹੜੇ ਲੱਗੇ ਹੋਏ ਨਾ ਸ਼ੋਰੇ ਉਹਦੇ ਖਿਲਾਫ ਵੀਡੀਓ ਬਣਾਉਣਾ ਤੇ ਇਹ ਇਹ ਉਹ ਕਰਨਾ ਮਿਹਰਬਾਨੀ ਤੁਹਾਡੀ ਯਾਰ ਸਟਾਪ ਕਰੋ ਐਸੇ ਮਾਮਲੇ ਨੂੰ ਮੇਰੇ ਖਿਆਲ ਨਾਲ ਯਾਰ ਉਹਨੇ ਮਾਫੀ ਵੀ ਮੰਗ ਲਈ ਹੈ ਕਿ ਮੈਂ ਇਹ ਗੱਲ ਕੀਤੀ ਤੇ ਇਹ ਮਾਫੀ ਉਹ ਅੱਗੋਂ ਕੁਝ ਚੈਨਲ ਆਏ ਨੇ ਯਾਰ ਉਹਨਾਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹ ਇੱਥੇ ਆ ਕੇ ਬਕਵਾਸ ਕਰਦੇ ਨੇ YouTube ਤੇ ਕਿ ਤੂੰ ਮਾਫੀ ਮੰਗ ਲਈ ਤੇ ਤੂੰ ਫਲਾਣਾ ਲੱਗਦਾ ਤੇ ਤੂੰ ਠੀਕ ਲੱਗਦਾ ਤੇ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਸਾਲੇ ਲੱਗਦੇ ਜਿਉਂਦੇ ਠੀਕ ਹੈ ਜੋ ਮਰਜੀ ਉਹ ਮਤਲਬ ਕਿਉਂ ਨੇ ਉਹਨਾਂ ਨੇ ਮਾਫੀ ਮੰਗ ਲਈ ਹੈ ਤੇ ਤੁਸੀਂ ਹੁਣ ਉਹਨਾਂ ਦੇ ਜੋ ਕੀ ਕੱਢਣਾ ਹੈ ਅੱਲਾਹ ਤਾਲਾ ਜਾਣਦਾ ਹੈ ਬਿਹਤਰ ਕਿ ਕਿੰਦੇ ਤੇ ਕਿਨੂੰ ਕਿਹੜੀ ਸਜ਼ਾ ਦੇਣੀ ਹੈ ਠੀਕ ਹੈ ਅਸੀਂ ਕੌਣ ਹੁੰਦੇ ਹਾਂ ਕਿਸੇ ਨੂੰ ਇੰਜ ਕਹਿਣ ਵਾਲੇ ਵੀ ਤੂੰ ਫਲਾਣਿਆਂ ਤੇਰੀ ਇਹ ਤੇ ਤੂੰ ਉਹ ਠੀਕ ਹੈ ਮਿਹਰਬਾਨੀ ਯਾਰ ਸ਼ੁਕਰੀਆ ਅਗਰ ਵੀਡੀਓ ਪਸੰਦ ਆਏ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਅਸੀਂ ਗਾਲਾਂ ਨਹੀਂ ਕੱਢਦੇ ਲੋਕਾਂ ਤਰਾ ਗਾਲਾਂ ਆਲੇ ਨੂੰ ਤੁਸੀਂ ਬੜੇ ਲਾਈਕ ਸਬਸਕ੍ਰਾਈਬ ਕਰ ਦਿੰਦੇ ਜੀ ਮੇਰਾ ਮਤ ਸੇ ਬੰਦੇ ਹੈ ਨਾ ਅਸੀਂ ਤੇ ਪਾਗਲ ਹੈਗੇ ਜਿਹੜੀਆਂ ਚੰਗੀਆਂ ਗੱਲਾਂ ਦੱਸਦੇ ਉਹ ਬੰਦਾ ਪਾਗਲ ਹੁੰਦਾ ਭਾਈ ਤੈਨੂੰ ਪਤਾ ਨਹੀਂ ਹੈਗਾ ਨਹੀਂ ਯਾਰ ਮੈਨੂੰ ਅੱਜ ਨਹੀਂ ਸੀ ਅੱਗੇ ਨਹੀਂ ਸੀ ਪਤਾ ਤੇ ਅੱਜ ਤੂੰ ਦੱਸ ਦਿੱਤਾ ਤੁਹਾਡੀ ਮਿਹਰਬਾਨੀ ਯਾਰ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਲਾਈਕ ਕਰੇ ਅਗਰ ਵੀਡੀਓ ਪਸੰਦ ਆਏ ਤਾਂ ਲੋਕਾਂ ਕੇ ਸਾਥ ਆਪਣੇ ਦੋਸਤੋਂ ਕੇ ਸਾਥ ਸ਼ੇਅਰ ਕਰੇ ਥੈਂਕ ਯੂ